ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹਿੰਦੁਸਤਾਨ ਫਾਸਟ ਨਿਊਜ਼। ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਆ। ਮੈਂ ਹਾਂ ਰਵੀ। ਲੁਧਿਆਣਾ ਦੇ ਹਲਕਾ ਦੱਖਣੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਸਰਦਾਰ SS ਨਿਰਮਲ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਪੋਲਿੰਗ ਬੂਥ 'ਤੇ ਨਿਭਾਈ ਡਿਊਟੀ। ਲੁਧਿਆਣਾ ਤੋਂ ਬਿਊਰੋ ਰਿਪੋਰਟ। ਅੱਜ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਜਿਹੜਾ ਆਖਰੀ ਗੇੜ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਵੀ ਅੱਜ ਵੋਟਾਂ ਪੈ ਰਹੀਆਂ ਨੇ, ਉਹਦੇ ਸੰਬੰਧ ਵਿੱਚ ਆਪ ਸਭ ਜਾਣਦੇ ਹੋ ਕਿ ਇਹ ਜਿਹੜੀ ਵੋਟ ਆ ਇਹ ਦੇਸ਼ ਦੀ ਸੁਰੱਖਿਆ ਵਾਸਤੇ, ਦੇਸ਼ ਦੀ ਰਾਖੀ ਵਾਸਤੇ, ਦੇਸ਼ ਨੂੰ ਤਰੱਕੀ 'ਤੇ ਲਿਜਾਣ ਵਾਸਤੇ ਪੈ ਰਹੀ ਆ। ਅਤੇ ਜਿਹਦੇ ਵਿੱਚ ਪਿਛਲੇ 10 ਸਾਲ ਤੋਂ ਜੋ ਦੇਸ਼ ਦੀ ਵਾਗਡੋਰ ਆ ਜਿਹੜੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਨੇ ਸੰਭਾਲੀ ਹੋਈ ਆ, ਉਹਨਾਂ ਨੇ ਜਿਹੜਾ ਦੇਸ਼ ਨੂੰ ਤਰੱਕੀ 'ਤੇ ਲੈ ਕੇ ਗਏ ਨੇ, ਅੱਜ ਉਹਦਾ ਇਹ ਰਿਜ਼ਲਟ ਆ ਕਿ ਅੱਜ ਵੱਖ ਵੱਖ ਬੂਥਾਂ ਦੇ ਉੱਪਰ ਬਹੁਤ ਵੱਡੀਆਂ ਕਤਾਰਾਂ ਲੱਗੀਆਂ, ਲੋਕ ਆਪ ਮੁਹਾਰੇ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਣ ਵਾਸਤੇ ਕੋਸ਼ਿਸ਼ ਕਰ ਰਹੇ ਨੇ ਔਰ ਪਾ ਰਹੇ ਨੇ। ਅਤੇ ਮੈਂ ਸਮਝਦਾ ਕਿ 4 ਤਰੀਕ ਨੂੰ ਲੁਧਿਆਣੇ ਦੇ ਵਿੱਚ ਪਹਿਲੀ ਵਾਰ ਹੋਏਗਾ ਕਿ ਕਮਲ ਦਾ ਫੁੱਲ ਜਿਹੜਾ ਲੁਧਿਆਣੇ ਦੇ ਵਿੱਚ ਵੋਟਾਂ ਦੇ ਨਾਲ ਜਿੱਤ ਕੇ ਜਿੱਤ ਪ੍ਰਾਪਤ ਕਰੇਗਾ ਔਰ ਲੋਕ ਸਭਾ ਦੇ ਵਿੱਚ ਸਾਡੇ ਲੁਧਿਆਣੇ ਦਾ ਮੈਂਬਰ ਪਾਰਲੀਮੈਂਟ ਬਣ ਕੇ ਰਣਜੀਤ ਬਿੱਟੂ ਜੀ ਜਾ ਰਹੇ ਨੇ। ਸਾਨੂੰ ਇਸ ਗੱਲ ਦੀ ਬੜੀ ਉਮੀਦ ਆਸ ਹੈ ਕਿ ਲੋਕਾਂ ਨੇ ਜਿਸ ਉਤਸ਼ਾਹ ਦੇ ਨਾਲ, ਜਿਸ ਚੋਅ ਦੇ ਨਾਲ ਵੋਟਾਂ ਪਾਈਆਂ ਨੇ, ਇਹ ਸਾਬਤ ਕਰਦਾ ਹੈ ਕਿ ਜਿਹੜੀ ਜਿੱਤ ਆ ਉਹ ਕਮਲ ਦੇ ਫੁੱਲ ਦੀ ਹੋਣੀ ਆ, ਆਦਰਣੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਦੀ ਹੋਣੀ ਆ। ਵੋਟਾਂ ਘੱਟ ਪੈਣਾ, ਮੈਂ ਸਮਝਦਾ ਕਿ ਗਰਮੀ ਕਰਕੇ ਵੀ ਗਰਮੀ ਬਹੁਤ ਜ਼ਿਆਦਾ ਵਾ, ਲੋਕ ਜਿਹੜੇ ਆ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ, ਲੇਕਿਨ ਜਿਹੜੇ ਨੌਜਵਾਨ ਆ ਜਿਹੜੇ ਬਜ਼ੁਰਗ ਨੇ, ਬਜ਼ੁਰਗ ਵਿਸ਼ੇਸ਼ ਤੌਰ 'ਤੇ ਜਿਹੜੇ ਉਹ ਘੱਟ ਨਿਕਲੇ ਨੇ। ਅਤੇ ਇਹ ਤਾਂ ਮੌਸਮ ਦੇ ਉੱਪਰ ਡਿਪੈਂਡ ਕਰਦਾ ਕਿ ਮੌਸਮ, ਤੁਸੀਂ ਵੇਖੋ ਕਿ ਇਸ ਸਮੇਂ ਟੈਂਪਰੇਚਰ ਜਿਹੜਾ 45 ਡਿਗਰੀ ਦੇ ਉੱਪਰ ਟੈਂਪਰੇਚਰ ਜਾ ਰਿਹਾ, ਇਸ ਕਰਕੇ ਲੋਕ ਘੱਟ ਵੋਟਿੰਗ ਪਰਸੈਂਟ ਭਾਵੇਂ ਘੱਟ ਆ, ਪਰ ਇਹਦੇ ਵਿੱਚ ਅਸੀਂ ਇਸ ਗੱਲ ਦਾ ਦਾਅਵਾ ਕਰ ਸਕਦੇ ਹਾਂ, ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਇਹ ਲੁਧਿਆਣਾ ਦੱਖਣੀ ਹਲਕਾ, ਇਹ ਲੁਧਿਆਣੇ ਦੇ ਵਿੱਚੋਂ ਸਭ ਤੋਂ ਵੱਧ ਲੀਡ ਪ੍ਰਾਪਤ ਕਰਕੇ ਇਹ ਇਤਿਹਾਸ ਵੀ ਰਚੇ। ਜਿਸ ਪ੍ਰਕਾਰ ਦੇਸ਼ ਮੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੇ ਨਾਮ ਕੀ ਸੁਨਾਮੀ ਹੈ ਔਰ ਦੀਵਾਲ ਪੇ ਲਿਖਾ ਸਪਸ਼ਟ ਹੈ ਵੀ ਦੇਸ਼ ਮੇ ਨਰਿੰਦਰ ਮੋਦੀ ਜੀ ਕੀ ਸਰਕਾਰ ਬਣਨੇ ਜਾ ਰਹੀ ਹੈ, ਉਸਕੋ ਪ੍ਰਤਕਸ਼ ਕਰਤੇ ਹੋਏ ਆਜ ਲੁਧਿਆਣਾ ਕੇ ਵਿਧਾਨ ਸਭਾ ਹਲਕਾ ਲੁਧਿਆਣਾ ਸਾਊਥ ਕੇ ਆਪ ਕਿਸੀ ਬੂਥ ਪੇ ਚਲੇ ਜਾਏ, ਆਪਕੋ ਭਾਰਤੀਯ ਜਨਤਾ ਪਾਰਟੀ ਕੇ ਬੂਥੋਂ ਪੇ ਜੋ ਉਤਸ਼ਾਹ, ਜੋ ਪਿਆਰ, ਜੋ ਸੁਨੇਹ, ਲੋਗੋਂ ਕਾ ਜੋਸ਼, ਲੋਗੋਂ ਮੇ ਨਈ ਊਰਜਾ ਕਾ ਸੰਚਾਰ ਬੀਜੇਪੀ ਕੇ ਬੂਥੋਂ ਪੇ ਹੋਤਾ ਮਿਲ ਰਹਾ ਹੈ, ਮੁਝੇ ਲਗਤਾ ਹੈ ਯੇ ਸਪਸ਼ਟ ਹੈ ਵੀ ਦੇਸ਼ ਮੇ ਨਰਿੰਦਰ ਮੋਦੀ ਜੀ ਕੇ ਸਾਥ ਸਾਥ ਲੁਧਿਆਣਾ ਮੇ ਵੀ ਕਮਲ ਕਾ ਫੁੱਲ ਖਿਲਣਾ ਬਿਲਕੁਲ ਤੈਅ ਹੈ। ਰਵਨੀਤ ਬਿੱਟੂ ਬੜੇ ਅੰਤਰ ਸੇ ਲੁਧਿਆਣਾ ਕੀ ਸੀਟ ਜੀਤ ਰਹੇ ਹੈ ਔਰ ਲੁਧਿਆਣਾ ਕੇ ਲੋਗੋਂ ਨੇ ਈਸ਼ਰ ਅੱਲਾ ਨੂਰ ਪਾਇਆ ਕੁਦਰਤ ਤੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਦੇ ਕੌਣ ਭਲੇ ਕੋ ਮੰਦੇ, ਸਾਰੇ ਵਰਗੋਂ ਕੋ ਸਾਥ ਲੈ ਕਰਕੇ, ਜੈਸੇ ਪਹਿਲੇ ਮੋਦੀ ਜੀ ਨੇ ਕਹਾ ਥਾ ਸਬਕਾ ਸਾਥ ਸਬਕਾ ਵਿਕਾਸ, ਸਬਕੋ ਸਾਥ ਲੈ ਕਰਕੇ
सबका विकास कर करके ये जो लुधियाना का विकास करने का संकल्प लिया है, उसी संकल्प को, प्रधानमंत्री जी की सोच को, बिट्टू जी की सोच को लुधियाना के लोग पूरा करने जा रहे हैं। और ये पहला अवसर होगा जब भारतीय जनता पार्टी लुधियाना में पहली बार कमल के फूल पर लोकसभा का चुनाव जीत करके बड़े अंतर से पूरे देश के अंदर स्वयं को स्थापित करेगी। मैं सारे ही पदाधिकारियों को धन्यवाद करता हूं और प्रार्थना करता हूं भी जो शेष समय है 2 घंटे का, इस शेष बचते समय में सारे ही साथी, सारे ही सम्मानित लोग, हमारे बूथ मंडल मोहल्ला सारे ही अध्यक्ष सब घर घर जाए और तुरंत अब जो जो लोग रह गए हैं, जो लोग छूट रहे हैं, उन्हें अपने बूथ तक ला करके भारतीय जनता पार्टी के चुनाव निशान कमल के फूल वाला 5 नंबर का बटन दबा करके रवनीत सिंह बिट्टू को पहले नंबर पर लाने का प्रयास करें।